अस्सलाम वालेकुम जी, चमकीला टीवी दे विच एक बार फिर खुश आमदीद और जी आया नू। मतलब अज मैं समझ नहीं आ रही कि मैं की कर रहा हूँ, उर्दू च बोलना है कि पंजाबी च बोलना। 2 घंटे पंजाबी का शो किया तो वो गलबात मैं समझ नहीं आ रही कि की चल रहा जिंदगी दे विच। खैर जी, तमाम लोगों को खुश आमदीद कहते हैं, वेलकम कहते हैं। और अज ईद के बाद मेरा पहला रिएक्शन है। खैर, मैं घर गया हुआ था गाँव, और वहाँ पे इंटरनेट को इतना अच्छा नहीं है, मतलब इंटरनेट नहीं है, जिसकी वजह से मैंने वीडियो जो है वो नहीं बनाई। एक वीडियो आपके लिए मैंने बनाई है, वो मैं बताऊंगा। एक बहुत ही मज़ेदार चीज़ है, बचपन का एक खिलौना है, आपको याद आ जाएगा। वो पानी वाली एक ना वो जहाज़ होता था, कश्ती होती थी, उसके अंदर पानी डाल के तो वो चलती थी। नेक्स्ट वीडियो इंशाल्लाह वो आएगी मेरी। लेकिन आज हम बात करेंगे जनाब कोका। कोका जनाब बताते जाएं जी कि गुरनाम भुल्लर साहब की फ़िल्म है, नीरू बाजवा कास्ट हैं जी साथ। सबसे अच्छी बात यह है कि नीरू बाजवा, नीरू बाजवा को एहसास हो गया है कि उनकी उम्र जो है वो ढल रही है, और अपनी उम्र को देखते हुए उन्होंने बहुत अच्छा टॉपिक लिया। और इस मूवी के बारे में मैं थोड़ा सा बताऊंगा कि इसको लिखा जनाब रुपिंदर ने लिखा हुआ जी। और इसके अलावा बहुत ही ज़बरदस्त किस्म की इसकी कास्ट है, जो कि एक ट्रेडिशनल कास्ट होती है इंडिया की, पंजाब की मूवी की। तो म्यूज़िक अच्छा है, बहुत अच्छा म्यूज़िक है। सिंगर में अगर हम बात करें, गुरनाम खुद भी है, अफसाना खान का भी एक गाना है, मलकीत सिंह का भी गाना है। तो पर ठीक है, कुल मिला के ना एक प्यारा सा पैकेज है। इसका ट्रेलर है, उसके ऊपर हम रिएक्शन देते हैं, तो देखते हैं जी कि ये क्या है। हाँ जी, मीट मूड बना लेने हो? तुसी हाँ कर दो, मैं हेयर ट्रांसप्लांट करा लेना। बच्चे तानू मम्मी नहीं कहणगे, ये मेरी गारंटी आ। शाहरुख खान वो भी 50 साल का हो गया, तू हजे 25 साल का डीडीएलजे वाला शाहरुख खान लब्बी जानी है? कोई तो हो। आंटी 511 आई है। मैं आंटी लग दिया तेनू? 511 ही है मैडम। तू ब्याह लिया है? ਟੱਕਰਿਆ ਮੁੰਡਿਆਂ ਬਰੋਲਾ ਬਣ ਕੇ। ਅਜੂਨੀ ਮੈਮ, ਜਿਹੜਾ ਤੁਸੀਂ ਗਾਂਜਾ ਆਰਡਰ ਕੀਤਾ ਸੀ ਜੀ, ਉਹਦੀ ਪੇਮੈਂਟ ਰਹਿੰਦੀ ਹੈ। ਅਜੂਨੀ ਯਾਰ ਕੀ ਆ, ਕਮ ਸੇ ਕਮ ਆਫਿਸ ਤੋਂ ਦੂਰ ਰੱਖੋ ਆਪਣਾ ਪਰਸਨਲ ਕੰਮ। ਗਲਤ ਕੁੜੀ ਨਾਲ ਪੰਗਾ ਲੈ ਰਿਹਾ ਤੂੰ। ਕੁੜੀ? ਹਾਂ ਕੁੜੀ, ਰੱਸੀ ਸੜ ਗਈ ਪਰ ਅਜੇ ਵੱਟ ਨਹੀਂ ਗਿਆ। ਤੇਰੀ ਰੋਲੀ ਆਵੇ ਸਿੱਕ ਤੇਰੀ। ਮੇਰਾ ਹਸਬੈਂਡ ਅਜ ਹੈ ਨਹੀਂ, ਬੱਚੇ ਮੈਂ ਛੇਤੀ ਸਵਾ ਦੂੰਗੀ। ਤੂੰ ਬਸ ਬੈਲ ਨਾ ਮਾਰੀ, ਉਹ ਫਿਰ ਵਜ਼ਾ ਤਾਂ ਮੈਂ ਖੁੱਲਾ ਛੱਡੂੰਗੀ। ਮੈਨੂੰ ਨਾ ਮੰਮੀ ਨੇ ਕਹਿ ਕੇ ਭੇਜਿਆ, ਪੁੱਤ ਨੂੰ ਮੈਨੂੰ ਆ ਕੋਕਾ ਚਾਹੀਦੀ ਆ। ਪ੍ਰੀਤੀ ਦੀ ਲੇਡੀ ਸੰਗੀਤਿਆ ਜੀ, ਉੱਥੇ ਲੰਡਨ ਦੀਆਂ ਸਾਰੀਆਂ ਕੋਕਾ ਕੁੜੀਆਂ ਆਉਣਗੀਆਂ। ਕਿਹੜੀਆਂ? ਤੁਹਾਡੇ ਵਰਗੀਆਂ, ਜਿਹੜੀਆਂ ਜਵਾਨੀ ਚ ਕੋਕਾ ਸੀਗੀਆਂ ਕਿ ਜਿਹੜੀਆਂ ਕੋਕਾ ਨੇ? ਤੂੰ ਤੇ ਮੈਂ ਤੇ ਤੂੰ, ਬਾਕੀ ਖਸਮਾਂ ਨੂੰ ਖਾਵੇ ਜ਼ਮਾਨਾ। ਜੇ ਆਸ ਉਮਰ ਚ ਗੋਡੇ ਗਿੱਟੇ ਟੁੱਟ ਗਏ ਨਾ ਤਾਂ ਜੁੜਨੇ ਨਹੀਂ। ਤੂੰ ਇੱਥੇ ਚੱਕ ਕੇ ਤਾਂ ਮੈਨੂੰ ਹੀ ਜਾਣੀ ਪੈਂਗੀ। ਮੰਮੀ ਨੂੰ ਕਹਿ ਕੇ ਆਇਆ ਸੀ ਜਦੋਂ ਕੋਕਾ ਕੁੜੀ ਮਿਲ ਗਈ ਨਾ ਉਹਨੂੰ ਦੇ ਦੂੰਗਾ। ਆਈ ਲਵ ਯੂ ਜੁਨੀ। ਤੈਥੋਂ ਵੱਧ ਸੋਹਣਾ ਕੋਈ ਨਹੀਂ, ਕਹਿਣਾ ਤੇ ਬਣਦਾ ਆ ਨਹੀਂ, ਤੈਥੋਂ ਵੱਧ ਸੋਹਣਾ ਕੋਈ ਨਹੀਂ। ਥੈਂਕ ਯੂ ਅਕਾਲ, ਮੈਂ ਕਦੇ ਨਹੀਂ ਸੀ ਸੋਚਿਆ ਕਿ ਮੇਰੀ ਜ਼ਿੰਦਗੀ 'ਚ ਵੀ ਇਹ ਦਿਨ ਆਊਗਾ। ਮੈਂ ਵੀ ਪ੍ਰਿਯੰਕਾ ਚੋਪੜਾ ਵਾਂਗੂ ਵੱਡਾ ਸਾਰਾ ਵਿਆਹ ਕਰੂੰਗੀ। ਤੇਰੇ ਬਿਨਾ ਮੰਜ਼ਿਲੋਂ ਬਗੈਰ ਜਿਵੇਂ ਰਾਹ ਕੋਈ। ਦਿਮਾਗ ਬੁੱਝ ਕਰਤਾ ਮੇਰਾ, ਤੈਨੂੰ ਕੀ ਲੋੜ ਸੀ ਮੇਰੇ ਨਾਲ ਪਿਆਰ ਚ ਪੈਣ ਦੀ? ਜਿਹੜੇ ਤੂੰ ਸੁਪਨੇ ਵੇਖੀ ਫਿਰਦੀਆਂ ਉਹ ਕਦੇ ਪੂਰੇ ਨਹੀਂ ਹੋ ਸਕਦੇ। ਉਮਰ ਵੇਖ ਆਪਦੀ। ਓ ਮੇਰੇ ਪੀੜਾ ਮਿਲਾ ਦੇ ਮੈਨੂੰ ਯਾਰ ਮੇਰੇ ਨਾਲ। ਤੈਨੂੰ ਪਹਿਲੇ ਦਿਨ ਤੋਂ ਪਤਾ ਸੀ ਮੈਂ ਵੱਡੀ ਹਾਂ, ਤੂੰ ਹਾਂ ਕਿਉਂ ਕੀਤੀ ਜਦੋਂ ਇਹ ਸੱਚ ਕਬੂਲ ਹੀ ਨਹੀਂ ਕਰ ਸਕਦਾ? ਤੂੰ ਮੇਰੇ ਅੰਦਰ ਕੁਝ ਖਤਮ ਕਰ। ਸੈਂਟੀ ਹੋ ਗਈ ਵੀਰੇ, ਬਿਹਤਰ ਹੋ ਗਿਆ ਜੀ। ਖੈਰ ਜੀ, ਗੁਰਨਾਮ ਦੀ ਗੱਲ ਕਰੀਏ, ਬਹੁਤ ਵਧੀਆ ਸਿੰਗਰ ਆ ਮੁੰਡਾ, ਔਰ ਇਹਨੇ ਜਨਾਬ 2-3 ਫਿਲਮਾਂ ਕੀਤੀਆਂ ਇਸ ਤੋਂ ਪਹਿਲੇ ਵੀ, ਬੜੀਆਂ ਮਜ਼ੇਦਾਰ ਫਿਲਮਾਂ ਰਹੀਆਂ। ਖਾਸ ਤੌਰ 'ਤੇ ਗੱਲ ਕਰੀਏ ਤਾਂ ਅਸੀਂ
ਸੋਨਮ ਬਾਜਵਾ ਦੇ ਨਾਲ ਜਿਹੜੀ ਫਿਲਮ ਸੀਗੀ ਔਰ ਬਹੁਤ ਵਧੀਆ ਸੀਗੀ ਉਹ ਵੀ। ਉਸ ਤੋਂ ਬਾਅਦ ਸੋਨਮ ਬਾਜਵਾ ਨੇ ਇੱਕ ਹੋਰ ਮੂਵੀ ਵੀ ਕੀਤੀ, ਉਹਦਾ ਮੈਂ ਟ੍ਰੇਲਰ ਮੇਰੇ ਖਿਆਲ 'ਚ ਹਲੇ ਮੈਂ ਨਹੀਂ ਦਿੱਤਾ ਹਲੇ ਉਹਦਾ ਰਿਐਕਸ਼ਨ ਆਈ ਹੋਈ ਸੀਗੀ ਜੀ। ਖੈਰ ਉਹ ਤਾਂ ਫਿਲਮ ਵੀ ਹੁਣ ਰਿਲੀਜ਼ ਹੋ ਗਈ ਹੈ, ਟ੍ਰੇਲਰ ਦੀ ਇਸ ਕਰਕੇ ਮੈਂ ਕੋਈ ਜ਼ਰੂਰਤ ਨਹੀਂ ਸਮਝੀ। ਅਤੇ ਬਾਕੀ ਜੀ ਤੁਹਾਨੂੰ ਕਿਹੋ ਜਿਹਾ ਲੱਗਿਆ ਆਪ ਹਮੇ ਬਤਾਏ। ਔਰ ਇਸ ਤੋਂ ਬਾਅਦ ਅਸੀਂ ਇੱਕ ਹੋਰ ਫਿਲਮ ਹੈਗੀ ਹੈ ਜੀ ਮਾਂ, ਉਹਦਾ ਵੀ ਟ੍ਰੇਲਰ ਤੁਹਾਡੇ ਨਾਲ ਲਾਜ਼ਮੀ ਤੌਰ 'ਤੇ ਰਿਐਕਸ਼ਨ ਕਰਾਂਗੇ। ਉਹ ਜਨਾਬ ਗਿੱਪੀ ਦੀ ਫਿਲਮ ਆ ਰਹੀ ਔਰ ਆਪਣੀ ਮੇਰੇ ਖਿਆਲ 'ਚ ਪ੍ਰੋਡਕਸ਼ਨ ਆ। ਚਮਕੀਲਾ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਕੁਛ ਨਹੀਂ ਜਾਂਦਾ ਤੁਹਾਡਾ ਯਾਰ, ਸੀਰੀਅਸਲੀ। ਫਿਰ ਮਿਲਦੇ ਹਾਂ।